ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬੀਓ ਪੰਜਾਬ ਦੀ ਅਮਨ ਸ਼ਾਂਤੀ ਤੇ ਪੰਜਾਬ ਦੇ ਭਾਈਚਾਰਕ ਸਾਂਝ ਦੇ ਰਿਸ਼ਤੇ ਨੂੰ ਕਾਇਮ ਰੱਖਣਾ ਤੇ ਉਹਨੂੰ ਕਿਸੇ ਕਿਸਮ ਦੀ ਵੀ ਬੁਰੀ ਨਜ਼ਰ ਤੋਂ ਬਚਾਉਣਾ ਇਹ ਮੇਰਾ ਫਰਜ਼ ਹੈ ਤੇ ਮੈਂ ਤੁਹਾਡੇ ਯਕੀਨ ਤੇ ਵਿਸ਼ਵਾਸ ਦੇ ਆਧਾਰ ਤੇ ਇਹ ਜਿਹੜਾ ਫਰਜ਼ ਹੈ ਉਹ ਨਿਭਾ ਵੀ ਰਿਆਂ ਨਿਭਾਉਂਦਾ ਰਹੂੰਗਾ ਅਸੀਂ ਪੰਜਾਬ ਦੀ ਜਵਾਨੀ ਦੇ ਹੱਥਾਂ 'ਚ ਆਈਪੈਡ, ਲੈਪਟਾਪ, ਕੰਪਿਊਟਰ, ਹੁਨਰਮੰਦ ਡਿਗਰੀਆਂ, ਵੱਡੀਆਂ-ਵੱਡੀਆਂ ਨੌਕਰੀਆਂ ਦੇ ਅਪੁਆਇੰਟਮੈਂਟ ਲੈਟਰ ਤੇ ਵਰਲਡ ਪੱਧਰ ਦੇ ਮੁਕਾਬਲਿਆਂ ਦੇ ਸੋਨੇ ਦੇ ਚਾਂਦੀ ਦੇ ਕਾਸ਼ੀ ਦੇ ਮੈਡਲ ਦੇਖਣੇ ਚਾਹੁੰਦੇ ਆ। ਅਸੀਂ ਪੰਜਾਬ ਦੀ ਜਵਾਨੀ ਨੂੰ ਕਿਸੇ ਧਰਮ ਦੇ ਨਾਂ ਤੇ ਚਲਾਈਆਂ ਹੋਈਆਂ ਫੈਕਟਰੀਆਂ ਦਾ ਕੱਚਾ ਮਾਲ ਬਣਦਾ ਦੇਖ ਕੇ ਤਮਾਸ਼ਾ ਨਹੀਂ ਦੇਖਾਂਗੇ ਜ਼ਮਾਨਾ ਪੜਨਦਾ ਹੈ ਜ਼ਮਾਨਾ ਤਰੱਕੀ ਦਾ ਹੈ ਤੇ ਸਾਨੂੰ ਸਮੇਂ ਦੇ ਹਾਣੀ ਹੋਣਾ ਪਊਗਾ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਪਿੰਡਾਂ ਚੋਂ ਫੋਨ ਆਏ ਸ਼ਹਿਰਾਂ ਚੋਂ ਫੋਨ ਆਏ ਕਸਬਿਆਂ ਚੋਂ ਫੋਨ ਆਏ ਪੜੇ ਲਿਖੇ ਲੋਕਾਂ ਦੇ ਫੋਨ ਆਏ ਮੁਲਾਜ਼ਮਾਂ ਦੇ ਫੋਨ ਆਏ ਅਫਸਰਾਂ ਦੇ ਫੋਨ ਆਏ ਮਜ਼ਦੂਰਾਂ ਦੇ ਫੋਨ ਆਏ ਕਿਸਾਨਾਂ ਦੇ ਫੋਨ ਆਏ ਮਾਵਾਂ ਦੇ ਫੋਨ ਆਏ ਕਿ ਪੁੱਤ ਅਸੀਂ ਆਪਣੇ ਬੱਚਿਆਂ ਨੂੰ ਪੜਾ ਕੇ ਉਹਨਾਂ ਨੂੰ ਅਫਸਰਾ ਵਾਲੀਆਂ ਵੱਡੀਆਂ-ਵੱਡੀਆਂ ਕੁਰਸੀਆਂ ਤੇ ਬਰਾਜਮਾਨ ਹੁੰਦਾ ਦੇਖਣੇ ਚਾਹੁੰਦੇ ਆ ਤੇ ਉਮੀਦ ਸਾਡੀ ਤੁਸੀਂ ਪੂਰੀ ਕਰ ਸਕਦੇ ਐ ਇੰਨਾ ਯਕੀਨ ਕਰਨ ਲਈ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਸਿੱਖਿਅਤ ਕਰੀਏ ਉਹਨਾਂ ਨੂੰ ਪੜਾਈਏ ਉਹਨਾਂ ਨੂੰ ਪੈਰਾਂ ਸਿਰ ਕਰੀਏ ਸੋ ਮੈਂ ਯਕੀਨ ਦਿਵਾਉਣਾ ਚਾਹਨਾ ਪੰਜਾਬ ਦੇ 3 ਕਰੋੜ ਲੋਕਾਂ ਨੂੰ ਕਿ ਤੁਸੀਂ ਮੇਰੇ ਤੇ ਯਕੀਨ ਕਰ ਰਹੇ ਹੋ ਵਿਸ਼ਵਾਸ ਕਰ ਰਹੇ ਹੋ ਤਾਂ ਮੈਂ ਵੀ ਤੁਹਾਨੂੰ ਯਕੀਨ ਤੇ ਵਿਸ਼ਵਾਸ ਦਿਵਾਉਣਾ ਕਿ ਮੈਂ ਤੁਹਾਡਾ ਯਕੀਨ ਤੇ ਵਿਸ਼ਵਾਸ ਟੁੱਟਣ ਨਹੀਂ ਦੇਵਾਂਗਾ ਤੁਸੀਂ ਕੰਮਕਾਰ ਕਰੋ ਆਰਾਮ ਨਾਲ ਤਰੱਕੀਆਂ ਕਰੋ ਤੁਹਾਡੀਆਂ ਤਰੱਕੀਆਂ ਦੇ ਵਿੱਚ ਸਰਕਾਰ ਤੁਹਾਨੂੰ ਸਹਾਇਤਾ ਕਰੂਗੀ ਤੇ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ afghanistan ਨਹੀਂ ਬਣਾਉਣਾ ਕਿਸੇ ਬਗਾਨੇ ਪੁੱਤ ਨੂੰ ਇਹ ਕਹਿਣਾ ਬਹੁਤ ਆਸਾਨ ਹੈ ਕਿ ਤੂੰ ਹਥਿਆਰ ਚੁੱਕ ਲੈ ਜਾਂ ਬਗਾਨਿਆਂ ਪੁੱਤਾਂ ਨੂੰ ਜਵਾਨੀ ਦੇ ਵਿੱਚ ਮਰਨ ਦੀਆਂ ਗੱਲਾਂ ਸਿਖਾਉਣੀਆਂ ਬਹੁਤ ਆਸਾਨ ਨੇ ਜਦੋਂ ਆਪਣੇ ਸਿਰ ਤੇ ਪੈਂਦੀ ਹੈ ਉਦੋਂ ਪਤਾ ਲੱਗਦਾ ਸਿਆਣੇ ਕਹਿੰਦੇ ਆ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ ਸੋ ਜਿਹੜੇ ਧਰਮ ਦੇ ਨਾਲ ਤੇ ਦੁਕਾਨਾਂ ਖੋਲੀ ਬੈਠੇ ਆ ਤੇ ਸਾਡੀ ਜਵਾਨੀ ਨੂੰ ਪ੍ਰੇਰਿਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਉਹ ਆਪਣੇ ਵਹਿਮ ਘੱਟ ਦੇਣ ਆਪਣੇ ਭਲੇਖੇ ਦੂਰ ਕਰ ਲੈਣ ਕਿਉਂ ਪੰਜਾਬ ਦੇ ਵਿੱਚ ਕਿਸੇ ਕਿਸਮ ਦਾ ਕੋਈ ਗੜਬੜ ਜਾਂ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਭਾਈਚਾਰਕ ਸਾਂਝ ਦੇ ਵਿੱਚ ਕੋਈ ਤਰੇੜ ਪਾ ਲੈਣਗੇ ਆਮ ਆਦਮੀ ਪਾਰਟੀ ਸਰਕਾਰ ਬਣਾਉਣਾ ਵੀ ਜਾਣਦੀ ਹੈ ਲੋਕਾਂ ਦਾ ਦਿਲ ਜਿੱਤਣਾ ਵੀ ਜਾਣਦੀ ਹੈ ਤੇ ਸਰਕਾਰ ਚਲਾਉਣਾ ਵੀ ਜਾਣਦੀ ਹੈ ਲॉ ਐਂਡ ਆਰਡਰ ਦੇ ਮਾਮਲੇ 'ਚ ਮੈਂ ਸਾਰੇ ਪੰਜਾਬੀਆਂ ਨੂੰ ਇਹ ਯਕੀਨ ਦਿਵਾਉਣਾ ਕਿ ਜਿਹੜਾ ਵਿਸ਼ਵਾਸ ਤੁਸੀਂ ਕੀਤਾ ਹੋਇਆ ਹੈ ਉਹੀ ਵਿਸ਼ਵਾਸ ਰੱਖਿਓ ਇਸ ਵਿਸ਼ਵਾਸ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਹੈ ਆਓ ਆਪਾਂ ਪੰਜਾਬ ਨੂੰ ਇੱਕ ਖੁਸ਼ਹਾਲ ਤੇ ਨੰਬਰ 1 ਸੂਬਾ ਬਣਾਈਏ ਇਨਕਲਾਬ ਜ਼ਿੰਦਾਬਾਦ ਤਾਜ਼ਾ ਅਪਡੇਟਸ ਉਹ ਬੜੀ ਖਬਰੋਆਂ ਕੇ ਲੀ ਸਬਸਕ੍ਰਾਈਬ ਕਰੇਂ ਆਧ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਉਣਾ ਨਾ ਭੁੱਲੇ